ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਸਰਿਆਲੀ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਦਰਗਾਹਪੁਰ ਠੱਠੀਆਂ ਮਹੰਤਾਂ ਪਿੰਡ। ਦੋਸਤੋ ਬਿਲਕੁਲ ਨੇੜੇ ਨੇੜੇ ਆ ਅਤੇ ਸਰਿਆਲੀ ਤੁਸੀਂ ਵਿਜਿਟ ਕਰਨੀ ਆ। ਨਸ਼ਹਿਰੇ ਪਨੂਆ ਤੋਂ ਵੀ ਕੋਈ 4 ਕੁ ਕਿਲੋਮੀਟਰ ਦੀ ਦੂਰੀ ਆ। ਅਤੇ ਵੀਰ ਹੈਪੀ ਦੇ ਕੋਲ ਦੋਸਤੋ ਆਏ ਹਾਂ ਪਸ਼ੂ, ਅੱਜ ਤੁਹਾਨੂੰ 4 ਦਿਖਾਉਣੇ ਆਪਾਂ ਟੋਟਲ। ਸੋ 4 ਪਸ਼ੂਆਂ ਦੀ ਡਿਟੇਲ ਹੈਪੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਚਾਰੇ ਪਸ਼ੂ ਆ, ਚਾਰੇ ਤਾਜ਼ੇ ਸੱਜਰ ਸੋਏ ਆ, ਨਾਲ ਬੱਚੇ ਪ੍ਰੋਪਰ ਹੋਣਗੇ ਦੋਸਤੋ, ਤੁਹਾਨੂੰ ਦਿਖਾ ਦਾਂਗੇ। ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ, ਅੱਜ ਦੋਸਤੋ 13 ਅਗਸਤ, ਤੇ ਸਮਾਂ ਕੋਈ ਦੁਪਹਿਰ ਦੇ 3 ਕੁ ਵਜੇ ਦਾ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ ਭਾਈ ਹੈਪੀ ਦੇ ਨਾਲ। ਹੈਪੀ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਹੋਰ ਠੀਕ ਠਾਕ ਵੀਰ? ਐਂ ਚੜ੍ਹਦੀ ਕਲਾ ਕਿਰਪਾ ਦਾਦੇ ਦੀ। ਤੇ ਸ਼ੁਰੂਆਤ ਹੈਪੀ ਫਿਰ ਕਿਹੜੇ ਪਾਸਿਓਂ ਕਰਦੇ? ਚਲੋ ਝੋਟੇ ਤੋਂ ਕਰਦੇ ਨੇ ਜੀ। ਪੂਰਾ ਸੰਧੂ ਰਿਕਾਰਡ, ਸਾਹਿਬ ਪੂਰੀ ਦੂਜਾ ਡਿਟੇਲ। ਸੂਆ ਸੂਈ ਝੋਟੀ, ਦੂਜਾ ਤਾਜੇ ਨੂੰ ਸੂਈ ਨੂੰ ਤੀਜਾ ਦੇਣੇ ਆ। ਤੀਸਰਾ ਦੇਣਾ, ਹਾਂਜੀ ਦੂਜਾ ਤੀਜਾ ਸੂਆ ਲਾ ਲਓ, ਚੌਥਾ ਲਾ ਲਓ, ਨਾੜੂ ਨਾਲ ਬੱਚੇ ਦਾ ਕੱਟੀ ਮਗਰ ਜੀ। ਲਓ ਜੀ, ਆ ਲਓ ਜੀ, ਆ ਲਓ ਨਾੜੂ ਨਾੜੂ ਨਾਲ ਨਾਲ। ਬੱਚੇ ਦੇ ਹਾਂਜੀ ਅੱਜ ਤੀਜਾ ਦੇਣਾ ਸੂਈ ਨੂੰ, ਠੀਕ ਹਾਂਜੀ। ਹੈ ਜੀ। ਤੋ ਸੂਆ ਜਿਹੜਾ ਦੋਸਤੋ ਦੂਜਾ ਦੂਜਾ ਸੂਆ ਜੀ। ਤੇ ਇਸ ਵਕਤ ਬੋਲਾ ਕਿੰਨਾ ਪੀ ਸਾਨੂੰ ਦੇਣਾ? ਸਾਹਿਬ 10 ਕਿਲੋ ਬੋਲਾ ਹੋਈ ਝੋਟੀ ਕੋਲਿਆ ਟਾਈਮ, 10 ਕਿਲੋ ਜਿੱਦਾਂ ਮਰਜ਼ੀ ਕੋਈ 2 ਟਾਈਮ ਚੋਲੇ। ਓਕੇ, ਬਾਕੀ ਠੰਡੀ ਤਜੂੜੀ ਕਰਮਾ ਲਈ ਲੋ। ਆ ਕਰੋ ਚੈੱਕ ਜੀ, ਠੀਕ ਆ। ਅਜੇ ਟਾਈਮ ਵੀ ਕੋਈ ਨਾ, ਸਵੇਰੇ 7 ਵਜੇ ਦੀ ਆਪਣੀ ਚਵਾਈ ਜੀ। ਸਵੇਰੇ 7 ਕੁ ਵਜੇ ਚਵਾਈ ਸੱਤ ਕੀਤੀ ਵਜੇ ਦੀ ਚਵਾਈ, ਟਾਈਮੋ ਟਾਈਮ ਕੋਈ 2 ਟਾਈਮ ਚੋਲੇ 10 ਕਿਲੋ ਬਣਾ ਕੇ ਦੇਵਾਂਗੇ। ਠੀਕ ਆ ਜੀ। ਹੁਣ ਦਾ ਟਾਈਮ 3 ਵਜੇ ਅਜੇ। ਤਾਂ ਦੋਸਤੋ ਹੁਣ ਜਿਹੜਾ ਐਗਜ਼ੈਕਟ ਜਿਹੜਾ 3 ਵਜੇ ਦਾ ਟਾਈਮ ਆ, ਤੇ ਸਵੇਰ ਕੋਈ 7 ਕੁ ਵਜੇ ਚਵਾਈ ਆ ਇਸ ਝੋਟੀ ਦੀ ਕੀਤੀ ਆ, ਦੂਜਾ ਸਵੇਰ ਤੇ 10 ਕੁ ਕਿਲੋ ਬੋਲਾ ਵੀਰ ਦੱਸ ਰਿਹਾ ਵੀ ਅੱਜ ਤੀਜੇ ਦਿਨ ਦੀ ਸੂਈ ਦੇ ਥੱਲੇ 10 ਕਿਲੋ ਬੋਲਾ। ਸੋ ਬਾਕੀ ਇੱਕ ਵਾਰੀ ਤੁਹਾਨੂੰ ਥੋੜ੍ਹਾ ਆਪਾਂ ਨੇੜਿਓਂ ਵਿਖਾਉਣੇ ਆ, ਥਣ ਥੁਣ ਬਹੁਤ ਵਧੀਆ, ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾਂ ਤੇ ਸਪੇਸ ਵੰਡ ਵੇਖੋ ਬਹੁਤ ਸੋਹਣੀ। ਆ ਲਓ ਜੀ, ਮਤਲਬ ਨਿੱਗੀ ਤਰੀ ਬੜੀ ਠੰਡੀ ਤਰੀ ਜਿਹੜੀ ਭਾਈ ਤੇ ਬੈਜੋ ਸਲੇ ਕਟੀ ਦੇ। ਅੱਛਾ, ਬਾਕੀ ਚਵਾ ਪਸਮਾ ਦੀ ਮੈਂ ਕਹਿੰਦਾ ਜੀ 1 ਨੰਬਰ ਦੀ ਦੇਖ ਹੀ ਲਿਓ, ਉਹਦੇ ਉਹਨੇ ਬੱਚਾ ਬੁੱਚਾ ਲਾ ਕੇ ਵਿਖਾ ਦਿੰਦੇ ਆਪਾਂ। ਠੀਕ ਹੈ ਜੀ। ਤਾਂ ਦੱਸੋ ਚੋਣ ਜਾਣ ਚੰਗੀ ਦੱਸ ਰਿਹਾ ਜੀ। ਲੈ ਬੜਾ ਉਤਰਨ ਨੂੰ ਝੂਠੀ ਕੋਲੇ, ਠੀਕ ਹੈ ਜੀ, ਟਾਈਮੋ ਟਾਈਮ ਕੋਈ ਚੋਵੇ ਦੇ। ਆ ਬਿਲਕੁਲ, ਹਾਂਜੀ ਲਓ ਵੀ ਭਰਾਵੋ, ਟਾਈਮ ਤੋਂ ਟਾਈਮ ਬੰਨ ਕੇ ਤੁਸੀਂ ਚਵਾਈ ਕਰ ਲਿਓ, ਠੀਕ ਹੈ ਜੀ। 10 ਕੁ ਕਿਲੋ ਬੋਲਾ ਇਸ ਵਕਤ, ਕੱਦ ਕੁਦ ਵੱਡਾ ਪੂਰਾ, ਕੋਈ ਵੀਰ ਇੱਥੇ ਆਉਂਦਾ ਦੂਰੋਂ ਨੇੜਿਓਂ, ਹਾਈਟ ਵੱਡੀ ਆ, ਕੋਈ ਛੋਟੀ ਜਾਂ ਮੀਡੀਅਮ ਹਾਈਟ ਨਹੀਂ ਗੀ, ਸੋਹਣਾ ਕੱਦ ਬਹੁਤ ਆ, ਆਮ ਨੋਰਮਲ ਮੱਝਾਂ ਨਾਲੋਂ ਜਿਹੜੀ ਵੱਡੀ ਹਾਈਟ ਆ ਇਸ ਝੋਟੀ ਦੀ, ਠੀਕ ਆ। ਇੱਕ ਵਾਰੀ ਤੋਰ ਕੇ ਆਪਾਂ ਤੁਹਾਨੂੰ ਇੱਧਰ ਦਿਖਾ ਦਿੰਦੇ ਆ ਮਗਰ। ਹਾਲੋ, ਹੁਣ ਤਾਂ ਦੁੱਧ 13 ਕਿਲੋ ਦੇ ਜਾਊਗੀ, 13 ਦੇ ਦੇ, 14 ਦੇ ਦੇ। ਹਾਂਜੀ, ਆਪਾਂ ਲੱਪੇ ਲੁੱਪੇ ਤੇ ਆਈ ਆ। ਠੀਕ ਹੈ ਜੀ। ਹਾਂਜੀ, ਥੋੜੀ ਡਰਦੀ ਆ ਹੋਇਆ। ਆ ਲਓ ਜੀ, ਠੀਕ ਹੈ। ਤੋ ਥੱਲਿਓਂ ਦੋਸਤੋ ਸਫਾਈਆਂ ਪੂਰੀਆਂ ਨੇ, ਜੇਕਰ ਆਪਾਂ ਹਵਾਨੇ ਲੇਵੇ ਦੀ ਗੱਲ ਕਰੀਏ ਤੇ ਸਫਾਈਆਂ ਪੂਰੀਆਂ ਤੇ ਚਮਕਦਾ। ਰੇਲ ਵੱਲੋ ਆਇਓ ਇੱਧਰ, ਕੁਝ ਨਹੀਂ ਗੱਲ ਕੋਈ। ਲਓ ਜੀ, ਸੋ ਆਹ ਫੇਸ ਕੁਆਲਿਟੀ ਆ, ਬਿਲਕੁਲ ਸਿੰਘ ਦੋਸਤੋ ਗੁਲਾਈ ਦੇ ਵਿੱਚ ਆ, ਲੰਬਾ ਫੇਸ ਤੇ ਬਹੁਤ ਸੋਹਣੀ ਆ, ਦਿੱਖ ਦੁੱਖ ਬੜੀ ਪਿਆਰੀ ਆ ਝੋਟੀ ਦੀ। ਬਾਕੀ ਪਸੰਦ ਆਉਣ ਵਾਲੀ ਸ਼ੈ ਆ ਜਿਹੜੇ ਵੀਰ ਨੇ ਘਰੇ ਜੈਨੂਨ ਚੋਣੀ ਆ ਦੋਸਤੋ, ਤੇ ਤੁਸੀਂ ਜ਼ਰੂਰ ਸੌਦਾ ਕਰ ਲਿਓ। ਅੱਛਾ ਹੈਪੀ ਜੀ ਦੀ ਡਿਮਾਂਡ ਵੀਰੇ ਕੀ ਕਰਦਾ ਫਿਰ? ਸੰਧੂ ਸਾਹਿਬ ਮੁੱਲ ਕਰਦੇ ਆ 1-15, ਅੱਛਾ 1-10 ਚੋਂ ਮੰਨ ਲਾ, 1,05,000 ਦੀ ਝੋਟੀ ਦੇ ਦਾਂਗੇ। 1-5 ਦੀ? 1-5 ਦੀ ਝੋਟੀ ਦੇ ਦਾਂਗੇ, ਹਾਂ ਨਾਲ ਹੀ ਗੱਲ ਹੀ ਆ। ਹਾਂਜੀ, ਉੱਚੋ ਸ਼ੋਰ ਛਪਾਈ ਆ, ਵੀਰ ਦਾ ਕੋਈ ਆਏ ਦਾ ਕੋਈ ਇਹ ਨਾ ਕਹੇ ਵੀਰ ਇੰਨੇ ਲੈ ਲਾ ਉਨੇ ਲੈ ਲਾ, 500 ਕਰ ਦਈਏ ਯਾਦ ਕਰ ਦਈਏ, ਛੋੜ ਹੀ ਆ ਬਸ ਜੀ। ਲਓ ਦੋਸਤੋ ਤੇ ਸ਼ੋਰਟ, ਕੱਟੀ ਦੋ 13 ਕਿਲੋ ਦਊਗੀ ਜੀ। ਹਾਂ ਸਫਾਈਆਂ ਸਫਾਈਆਂ ਵੇਖ ਲਓ ਕਿੰਨੀਆਂ ਵਾ, ਬਿਲਕੁਲ ਮਗਰ ਵੀ ਬਿਲਕੁਲ। ਕੱਟੀ ਜੋ ਅੱਜ ਤੀਜਾ ਦਿਨ ਸੂਈ ਨੂੰ ਆ,
10 ਕਿਲੋ ਬੋਲਾ ਕੋਈ ਜਿੱਦਾਂ ਮਰਜ਼ੀ ਮਿਣ ਕੇ ਲੈ ਜੇ। ਸੋ ਸਫਾਈਆਂ ਦੋਸਤੋ ਕਰਮਾਲੀ ਨੂੰ ਹਾਂਜੀ ਬਹੁਤ ਖੂਬ ਲੱਗੀਆਂ ਨੇ, ਮਗਰ ਕੱਟੀ ਆ 1.5 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ, ਸੋਹਣੀ ਹਾਈਟ ਲੈਂਥ ਦੇ ਵਿੱਚ ਆ, ਤੇ ਬਾਕੀ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ। ਇੱਕ ਸੈਕਿੰਡ ਨੰਬਰ ਤੇ ਹੋਰ ਤੁਹਾਨੂੰ ਜਿਹੜੀ ਇੱਕ ਮੱਝ ਦਿਖਾਉਣੇ ਆ, ਪੂਰੀ ਹੈਵੀ ਬਾਡੀ ਵੇਟ ਫੁੱਲ ਵਜਨ ਲੋਡ ਦੇ ਵਿੱਚ ਤੁਹਾਨੂੰ ਸਾਹਿਬ ਗੱਡੀ ਦਾ ਇੰਜਨ ਮੈਂ ਕਹਦੀ ਇਹਦੇ ਆ ਲਓ ਵੇਲੋ ਸਫਾਈਆਂ ਸਫਾਈਆਂ ਇਹਦੀਆਂ ਵੇਲੋ ਮੈਰੀਆਂ। ਇਹਦੀ ਚਵਾਈ ਸੁਬਾ ਹੈਪੀ ਕਿੰਨੇ ਵਜੇ ਦੀ? 7 ਵਜੇ ਤੋਂ 7 ਵਜੇ ਕੀਤੀਆਂ ਆਪਾਂ। ਅੱਛਾ ਜੀ, ਹਾਂਜੀ। ਇਹਦਾ ਸੁਆ ਕਿੰਨਾ ਫਿਰ? ਤੀਜਾ ਸੁਆ ਤੋਂ ਸਾਹਿਬ ਸੂਈ ਆਏ। ਅੱਜ ਸਮਾਂ ਕਿੰਨਾ ਹੋ ਗਿਆ? ਅੱਜ ਨੂੰ ਹਫਤਾ ਹੈਗਾ ਸੂਈ ਨੂੰ ਜੀ, ਠੀਕ ਹੈ, 7ਵਾਂ ਦਿਨ ਅੱਜ। ਠੀਕ ਹੈ ਜੀ। ਹਾਂਜੀ ਕੱਟਾ ਮਗਰ ਇਹਦੇ। ਲਓ ਵੀ ਮੇਲ ਕਾਫ ਆ ਦੋਸਤੋ, ਕੋਈ ਵੀਰ ਸੁਆ ਤੀਜਾ ਮੰਨ ਲੈ, ਠੀਕ ਹੈ ਜੀ, ਤੇ ਪੂਰਾ 1 ਹਫਤਾ ਸਮਾਂ ਹੋ ਗਿਆ। ਤੇ ਦੁੱਧ ਕਿੰਨਾ? 10 ਕਿ 11? ਤੁਹਾਨੂੰ ਤਾਂ ਵੀ 12 ਕਿਲੋ ਦੁੱਧ ਦੂਗਾ ਆਪਾਂ 11 ਕਿਲੋ ਕਾ ਕੇ ਦੇਵਾਂਗੇ। ਆ ਨੈਟ ਜਿਹੜਾ ਵੀ ਮੈਂ ਕਹਿੰਦਾ ਵੀ ਚਵਾ ਕੇ ਦੇਵਾਂਗੇ ਆਪਾਂ ਦੋ ਟਾਈਮ ਤੇ 11 ਕਿਲੋ ਦੁੱਧ ਮਿਣ ਕੇ ਲੈ ਜਾਏ ਕੋਈ। ਠੀਕ ਹੈ ਜੀ। ਹਾਂਜੀ ਤਾਂ ਦੋਸਤੋ 11 ਕਿਲੋ ਦੁੱਧ ਕੋਈ ਵੀਰ ਮਿੰਤੀ ਕਰ ਲਿਓ, ਠੀਕ ਆ। ਇਧਰੋਂ ਆਪਾਂ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਦਿਖਾ ਦਿੰਦੇ ਆ ਥੱਲਿਓ। ਆ ਵੇਖੋ ਜੀ, 7 ਵਜੇ ਨੇ, 7 ਵਜੇ ਆਣੀ ਹੋਣੀ ਬਾਹਰ ਆਇਣਾ ਮੈਂ ਨੇ। ਹਾਂਜੀ ਸੋ ਚਵਾਈਆਂ ਜਿਹੜੀਆਂ ਤੁਹਾਨੂੰ ਦੋਸਤੋ ਸਮਾਂ ਸੁਬਾ ਦਾ ਵੀ ਦੱਸਤਾ, 7 ਕੁ ਵਜੇ ਦੀ ਚਵਾਈ ਹੋਈ ਆ ਤੇ ਹੁਣ ਵੀ ਤਕਰੀਬਨ 3 ਕੁ ਵਜਣ ਡਏ ਆ, ਠੀਕ ਆ ਜੀ, ਦੁਪਹਿਰ ਦੇ। ਤੇ ਜਿਵੇਂ ਜਿਵੇਂ ਸ਼ਾਮ ਨੂੰ ਕਰਮਾਲੀ ਜਾਊਗੀ ਲੇਵਾ, ਉਵੇਂ ਉਵੇਂ ਭਰ ਕੇ ਤਿਆਰ ਕਰੂਗੀ। ਜਦੋਂ ਟਾਈਮੋ ਟਾਈਮ ਕੋਈ 24 ਆਪਾਂ ਮਨਾ ਕੇ ਦੇ ਦਾਂਗੇ, ਕਿਉਂਕਿ ਆਨਲਾਈਨ ਖੜੂਗਾ ਉਹਦੀ 9 ਦੀ ਗਾਰੰਟੀ ਦੇਵਾਂਗੇ, ਜੀ 10 ਦੀ ਗਾਰੰਟੀ ਦੇਵਾਂਗੇ। ਠੀਕ ਆ, ਠੀਕ ਆ। ਹਾਂਜੀ ਭੂਰ ਛਿੱਟਾ ਥਣ ਵੱਧ ਘੱਟ ਵੇ ਦਾ ਆਪਣੀ ਜ਼ਿੰਮੇਵਾਰੀ ਹੋਊਗੀ। ਠੀਕ ਆ ਜੀ। ਹਾਂਜੀ ਸੋ ਬਾਡੀ ਵੇਟ ਪੂਰਾ ਫੁੱਲ ਵਜਨ ਵਾਲੀ ਆ, ਠੀਕ ਆ ਜੀ। ਇੱਕ ਪਹਿਲੇ ਨੰਬਰ ਤੇ ਜਿਹੜੀ ਝੋਟੀ ਦਿਖਾਈ ਆ ਉਹਦੇ ਨਾਲੋਂ ਥੋੜਾ ਜਿਹਾ ਪਲੱਸ ਇਹਦਾ ਵੇਟ ਆਪਾਂ ਕਹਾਂਗੇ, ਪਲੱਸ ਇਹ ਥੋੜੀ ਜੰਮੀ ਪਲੀ ਮੈਂ ਜ਼ਿਆਦੀ ਆ। ਸੋ ਸਾਂਭੀ ਸੁਭੀ ਕਿਸੇ ਵੀਰ ਨੇ ਚੰਗੇ ਸ਼ੌਂਕ ਨਾਲ ਸਾਂਭੀ ਆ, ਜਿੱਦਾਂ ਵੀ ਆਈ ਆ ਲੋ 100 ਫੁੱਲ ਵਜਨ ਲੋੜਾਂ ਹੋਈਆਂ ਘਰਾਂ ਨਹੀਂ ਨਿਕਲਿਆ, ਐਡੀ ਮੈਂ ਘਰੋਂ ਕੱਢਦਾ 14 15 ਕਿਲੋ ਵਾਲੀ। ਹਾਂ ਬਿਲਕੁਲ ਜੀ। ਹਾਂਜੀ ਉਹ ਚਲੋ 100 ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਜਦੋਂ ਫਿਰ ਬੰਦੇ ਨੂੰ ਤੇ ਸਹੀ ਗੱਲ ਆ ਪਸ਼ੂ ਜੀ ਅੱਗੇ ਸੇਲ ਕਰਦਾ ਇਹੋ ਜਿਹਾ। ਬਸ ਜੀ ਆਓ। ਐਨ ਤੌਰ ਤੋਂ ਇੱਕ ਵਾਰੀ ਹੈਪੀ ਬਾਹਰ ਲਵਾਂ ਇਹਨੂੰ। ਇਹਦਾ ਬੱਚਿਆਂ ਨੇ ਕਰਦੀਆਂ ਜ਼ਿਆਦਾ। ਹਾਂ ਹਾਂ ਤਾਜ਼ੀਆਂ ਨੇ ਮਈਆਂ ਜੀ। ਉਹ ਕੱਦ ਵੇਲ ਰਾਜੀ ਪੂਰੀ ਮੈਂ। ਬਿਲਕੁਲ। ਹਾਂਜੀ ਵਜਨ ਵੀ ਜਿਹੜਾ ਦੋਸਤੋ ਪੂਰਾ ਤੇ ਕੱਦ ਵੀ ਵੱਡੀਆਂ ਮੱਝਾਂ ਦੇ ਵਿੱਚ ਹੀ ਆ, ਠੀਕ ਆ ਜੀ। ਤਾਂ ਨੋਰਮਲੀ ਇੱਕ ਤੁਹਾਨੂੰ ਜਦ ਦੁੱਧ ਜ਼ਿਆਦਾ ਨਹੀਂ ਮੈਂ 14 ਕਿਲੋ ਦੁੱਧ ਦਊਗੀ ਰਮਾਨ ਨਾਲ ਮੇਲਾ ਮੂਲਾ ਮਾਰ ਕੇ। ਹਾਂ ਹਾਂਜੀ ਉਹ ਹੁਣ ਵੀ ਸਟਾਰਟਿੰਗ ਵੀ ਚੰਗੀ ਆ। ਸਟਾਰਟਿੰਗ ਸਾਨੂੰ ਤਾਂ 12 ਕਿਲੋ ਦੀ ਆ ਪਰ ਆਪਾਂ 11 ਕਿਲੋ ਕਾ ਕੇ ਦੇਵਾਂਗੇ। 12 ਕਿਲੋ? ਹਾਂਜੀ ਇੱਕ ਲੱਖ ਕਹਿਣ ਵਾਲਾ ਨਹੀਂ ਜਿਹੜਾ ਚਵਾਈ ਮੈਂ ਦੇਣਾ। ਕਹਿੰਦਾ ਚਵਾ ਕੇ ਦੇਵਾਂਗਾ ਆਪਾਂ 11 ਕਿਲੋ ਤੇ ਬਣਾ ਕੇ ਦੇਵਾਂਗੇ ਦੋ ਟਾਈਮ। ਬਿਲਕੁਲ ਕਹੋਗੇ ਤਿੰਨ ਟਾਈਮ ਮਿਲ ਲੈ। ਲਓ ਵੀ ਦੋਸਤੋ ਇਹ ਟਾਈਮ ਵੀ 5 ਘੰਟੇ ਸਾਨੂੰ ਪਏ ਅਜੇ 4। ਆ ਬਿਲਕੁਲ ਹਾਂਜੀ ਲੈ ਵੀ ਹੈਪੀ ਇਹਦੀ ਡਿਮਾਂਡ ਫਿਰ ਕੀ ਕਰਤੀ? ਸੰਧੂ ਸਾਹਿਬ ਮੁੱਲ ਕਰਨ ਨੂੰ ਇੱਕ 5 ਕਰ ਲਈਏ, ਹਾਂ ਲੱਖ ਜੋ 5000 ਛੋੜ ਕਰ ਦਾਂਗੇ, 95000 ਦੀ ਮੈਂ ਦੇ ਦਾਂਗੇ 95 ਦੀ। ਹਾਂਜੀ ਚਵਾਈ ਦਾ ਕੋਈ 1500 ਛੋੜ ਜੇ ਆਪਾਂ ਫੇਰ ਕਰਾਂਗੇ। ਆ ਕਰਦੀ ਕਰ ਹਾਂਜੀ ਹਾਂਜੀ ਉਹਦਾ ਜਿੰਨਾ ਵੀ ਹੋ ਸਕਦਾ ਕਰਦੇ। ਮੈਂ ਕਹਿੰਦਾ ਵੀ ਨਾਰਾਜ਼ ਨਾ ਹੋ ਗਿਆ ਕਿ ਵੀਰ ਨੂੰ ਘੱਲਦੇ, ਬਾਕੀ ਮੈਂ ਹੀ ਚੰਗਿਆ ਸੰਧੂ ਸਾਹਿਬ। ਹਾਂਜੀ ਲਓ ਦੋਸਤੋ ਭਾਂਡਾ ਭੁੰਡਾ ਥੱਲੇ ਬਹੁਤ ਸੋਹਣਾ ਬਖਾਲਾ, ਬਿਲਕੁਲ ਸਿਰਾ ਬਗਿਆ ਵੇਲੋ ਕਾਲੀ ਸ਼ਾਹ ਮੈਂ ਵਾਂ ਤੇ ਬਹੁਤ ਚੰਗੀ ਆ ਤੇ 95000 ਦੇ ਵਿੱਚੋਂ ਵੀ 1000 ਖੰਡ ਮਾਨ ਤਾਂ ਹੋ ਜਾਊਗਾ, ਛੋਟ ਛੱਪਾ ਜੂ ਮੌਕੇ ਤੇ ਮਿਲ ਜਾਊਗੀ ਤੇ ਮਗਰ ਦੇ ਕਟਾ ਮੇਲ ਕਾਫ ਆ। ਠੀਕ ਆ ਇਧਰ ਦੋ ਵਿਹੜਾ ਇੱਕ ਪਾਸੇ ਜਿਹੜੀਆਂ ਦੋਸਤੋ ਆਪਾਂ ਤੁਹਾਨੂੰ ਦਿਖਾਉਣੀਆਂ ਲਾਸਟ ਦੇ ਵਿੱਚ ਤੀਸਰੇ ਤੇ ਚੌਥੇ ਨੰਬਰ ਤੇ ਲੈ ਮੈਂ ਕਹਿੰਦਾ ਤੋਹਫਾ ਹੀ ਆ ਦੇ। ਹਾਂ ਬਹੁਤ ਠੰਡੀ ਧੀਰੀ ਆ ਹੈ ਤਾਂ ਐਪੀ ਅੱਜ ਫਿਰ ਸਾਰੇ ਤੋਹਫੇ ਹੀ ਆਪਣੇ ਮੈਂ ਕਹਿੰਦਾ ਸਿਰਾ ਸਾਟੀ ਆ ਜੀ, ਡੰਗਰ ਲੈਣਾ ਸੰਦਾ ਚੰਗਾ ਲੈਣਾ ਮਾੜਾ ਡੰਗਰ ਨਹੀਂ ਲੈਣਾ। ਲਓ ਜੀ ਹਾਂਜੀ ਸੋ ਇਹਨੂੰ ਕਰਮ ਵਾਲੀ ਨੂੰ ਵਿਖਾਲਾ ਵੀ ਆਪਦੇ ਵਜਨ ਵਜੂਦ ਨਾਲੋਂ ਵੀ ਜ਼ਿਆਦਾ ਜ਼ਿਆਦਾ ਜੀ ਜ਼ਿਆਦਾ ਸੰਦਾ ਹੋਏ ਤੇ 7 ਵਜੇ ਨੂੰ ਵੇਖੋਗਾ ਕੀ ਕਰਦੀ ਆ ਜੇ ਤੇ ਟਾਈਮ ਹੀ ਕੋਈ ਨਹੀਂ ਹੋਇਆ। ਆ ਕਰੋ ਜੀ ਹਾਂਜੀ 7 ਵਜੇ ਦੀ ਚੋਈ ਸੁਰੇ ਆਪਾਂ ਲਿਆਣ ਕੇ 7:30 ਦੋਵੇਂ ਗਾਵਾਂ ਆਈਆਂ ਏ ਤਾਂ 8 ਵਜੇ ਦੋਵੇਂ ਗਾਵਾਂ ਚੋਈਆਂ ਅੱਜ ਹੀ ਆਈਆਂ ਦੋਵੇਂ। ਅੱਛਾ ਹੈਪੀ ਇੱਕ ਤਾਂ ਸੁਆ ਦੱਸ ਦੇ ਤੇ ਸੰਦੂ ਸਾਹਿਬ ਪਰਸੋਂ ਸ਼ਾਮੀ ਪੀ ਬੈਠ ਸੋਈ ਮਗਰ ਵਸ਼ੀ ਹੋਏ ਲੋਕ ਕਿੱਡੀ ਯਾਰ ਸ਼ਾਦੀ ਤੋਂ ਦੀ ਨਾਲ ਨਾੜੂ ਨਾਲ ਜਵੇ ਲਓ ਜੀ ਨਾੜੂ ਆ ਬਿਲਕੁਲ ਬੱਚੇ ਦੇ ਨਾਲ ਆ ਬੱਚੀਆਂ ਵਾਲੇ ਦੀ ਡਿਮਾਂਡ ਹੈ ਐਰ ਸ਼ਰ ਦੇ ਵਿੱਚ ਦੋਸਤੋ ਮਗਰ ਵੱਛੀ ਆ। ਠੀਕ ਆ ਜੀ
ਅੱਜ ਤੀਜਾ ਦਿਨ ਹੀ ਨਾ, ਦੂਜਾ ਲਾ ਲਓ, ਤੀਜਾ ਲਾ ਲਓ, ਪਰਸੋਂ ਸ਼ਾਮਾਂ ਦੀ ਬੈਟ ਸੂਈ ਆ ਜੀ। ਚਲੋ ਤੀਜਾ ਕਿ ਦਿਨ ਹੋਊਗਾ ਜੀ। ਹਾਂਜੀ ਅੱਛਾ, ਹੈਪੀ ਬਾਲ ਦੀ ਸਥਿਤੀ ਕੀ ਹੈ ਥੱਲੇ? ਸੰਧੂ ਸਾਹਿਬ 16 ਕਿਲੋ ਕੋਈ ਵੀ ਦੋ ਟਾਈਮ ਡੱਬੇ ਮਾਰ ਲਏ, ਠੀਕ ਹੈ ਜੀ, ਹਾਂਜੀ ਲੀਟਰ ਮਾਰ ਕੇ ਦੇਵਾਂਗੇ। ਠੀਕ ਹੈ ਜੀ, ਹਾਂਜੀ ਆ ਲਓ ਜੀ। ਦੇ ਲਓ, ਅਗੇ ਨਿੱਗੀ ਤਰੀ ਦੀ ਏਡੀ ਆ ਨਾ, ਭਾਵੇਂ ਜੀ ਬੈਠ ਲੋ, ਏਡੀ ਕਰਮ ਵਾਲੀ ਸੀ ਸਹੂ ਆ। ਲੋਕ ਦੋਸਤੋ, ਹਰ ਕਬੀਰ ਚਾਹੁੰਦਾ ਵੀ ਬਿਲਕੁਲ ਠੰਡਾ ਤੀਰਾ ਪਸ਼ੂ ਹੋਵੇ, ਦੋਵੇਂ ਕਿਲੋ ਸਿਰ ਦੋ ਤੋਂ ਬੈਗ ਕਿਲੋ ਪਾਣੀ ਚੋਈ ਚੱਕ ਜਾਣ ਕੋਈ, ਛੋੜੀਏ, ਪਰ ਪਸ਼ੂ ਪੂਰਾ ਠੰਡਾ ਤੀਰਾ ਹੋਵੇ। ਦੱਸ ਜੀ, ਆਮ ਨੋਰਮਲ ਬਾਕੀ ਖਾਣਾ ਥਣਾਂ ਦਾ ਦੇਖੀ ਗੈਪ, ਸਫਾਈ ਕਰਨੀ ਅਜੇ ਪੈਂਦੀ, ਬੱਚਿਆਂ ਨੂੰ ਲੱਗਾ, ਬੱਚਾ ਬੁੱਚਾ ਲੱਗਾ ਹੁੰਦਾ ਰਹਿ ਥਣ ਹੋਰ ਕੱਢ ਜਾਂਦੀ ਰਹਿ। ਹਾਂ, ਨਹੀਂ ਵਿਖਾਲੇ ਵਾਲੇ ਪਾਸੇ ਪੰਡਾਂ ਪਾਈ ਖੜੀ ਕਰਮਾ। ਸਹੀ ਗੱਲ ਸੁਣ ਸਾਹਿਬ, ਰਮੀ ਆਪਦੇ ਵਜਨ ਨੂੰ ਜ਼ਿਆਦਾ ਲਿਵਾ ਲਈ ਫਿਰਦੀ ਜੋ। ਬਿਲਕੁਲ ਬਿਲਕੁਲ, ਹਾਂਜੀ ਲਓ ਜੀ ਦੋਸਤੋ, ਠੀਕ ਹੈ। ਵੰਡ ਵੁੰਡ ਬਹੁਤ ਜ਼ਿਆਦਾ ਸੋਹਣੀ ਆਪਸੀ ਥਣਾਂ ਦੀ, ਤੇ ਕਾਫੀ ਸੋਹਣੀਆਂ ਵਿੱਥਾਂ ਫਿਰਲਾਂ, ਠੀਕ ਹੈ। ਸਾਹਿਬ ਵਿੱਥਾਂ ਵਰਲਾਂ ਦੇ ਪੀੜੀ ਦੇ ਪਾਵੇ ਹੀ ਆ, ਤੇ ਪਰ ਇਹ ਨਹੀਂ ਹੈ ਕਰਮਾਂ ਵਾਲੀ ਕੋਈ ਜਿਹੜਾ ਮਰਜ਼ੀ ਚੋਲੇ ਵੇ ਲੋ, ਥਣ ਥੁਣ ਕਿੱਦਾਂ ਦਾ ਕੱਢਿਆ, ਪਸਮਾ ਮਾੜਾ ਪਾਈ ਬੈਠ ਲੱਗਾ ਇਧਰ, ਸੰਦੋ ਸਾਨੂੰ ਕੱਢਾ ਕੱਢਿਆ ਹੋਇਆ ਉਹਨੇ, ਮਾੜ ਵੇਖੋ ਸਾਨੂੰ ਕਿੱਦਾਂ ਲੱਗਾ ਵਸ਼ੀ ਨੂੰ। ਲਓ ਜੀ, ਲਓ ਜਗਾੜ ਜਗੂੜ ਦੋਸਤੋ, ਬਹੁਤ ਕਰਮ ਵਾਲੀ ਵੇਖ ਬਿਲਕੁਲ ਲਓ, ਥੱਲਿਓਂ ਸੋਹਣਾ ਥਾਣ ਵੇ ਲੋ ਕਿਹੜਾ ਕੱਢਿਆ ਉਹਨੇ ਬੈਠ ਨੇ ਪਸਮਾ ਵਾਲੇ, ਤੋਹਫਾ ਹੀ ਘਰ ਰੱਖਣ ਵਾਲਾ ਤੇ। ਬਿਲਕੁਲ ਬਿਲਕੁਲ, ਹਾਂਜੀ ਲਓ ਦੋਸਤੋ, ਵੈੜ ਆਪ ਵੀ ਚੰਗੀ ਆ, ਚਲੋ ਨਸਲ ਬਰੀਡ ਦੇ ਵਿੱਚ ਆ, ਪੂਰੀ ਕਰਮ ਬਾਕੀ ਵਾਲੀ ਥੱਲੇ ਸੰਧੂ ਦੇ ਵੀ ਸਾਹਿਬ ਬੜੀ ਕਾਇਮ ਆ। ਗਾੜੀ ਹੁਣ ਮੌਸਮ ਠੰਡਾ ਆ ਜਾਣਾ, 20-21 ਕਿਲੋ ਦੁੱਧ ਤੋਂ ਨਹੀਂ ਮਰਦੀ, 16 ਕਿਲੋ ਕੋਈ ਲੀਟਰ ਮਾਰ ਕੇ ਮਿਣ ਕੇ ਲੈ ਜੇ। ਹੁਣ ਇਸ ਵਕਤ 16, ਮੈਂ ਕਹਿੰਦਾ ਵੀ 15 ਦੀ ਗਰੰਟੀ ਦੇ ਦਾਂਗੇ। ਹਾਂਜੀ, ਤੇ ਫਿਰ ਗੱਲ ਉਹੀ ਆ ਕਿ ਜੇ 15 ਤੋਂ ਘਟਿਆ ਤੇ ਫਿਰ ਕਿਰਾਇਆ ਭੜਾ ਹੋਣ ਜਾਣਾ। ਮੈਂ ਕਹਿੰਦਾ ਆਪਣਾ ਹੋਊਗਾ, ਠੀਕ ਹੈ। ਹਾਂਜੀ, ਲੈ ਵੀ ਖੋਲ 15 ਲੈ ਤੋਂ ਫਿਰ, ਵਧੀਆ ਕੋਈ ਨਹੀਂ ਆਪਾਂ ਲੈਂਦੇ ਜਿੰਨੇ ਦਾ ਸੌਦਾ ਆ। ਠੀਕ ਹੈ ਜੀ, ਹਾਂਜੀ ਲੋ ਵੀ ਤੁਸੀਂ ਹੁਣ 16 ਕਿਲੋ 15 ਕਿਲੋ ਘੱਟੋ ਘੱਟ ਮੰਨ ਕੇ ਤੁਸੀਂ ਸੌਦਾ ਕਰ ਰਹੇ ਹੋ। ਸਭ ਹੈ ਬਰੀਡ ਵਾਲੀ ਵਸ਼ੀ, ਦੂਜਾ ਸੂਗਾ ਪਰ ਕਿਸੇ ਨੂੰ ਕਦਰੀ ਨਹੀਂ ਪਈ ਬੈਠ ਦੀ। ਹਾਂ ਹਾਂਜੀ ਲੋ ਜੀ, ਇਹੋ ਕਿਤੇ ਕਰਮ ਵਾਲੀ ਕਿਤੇ ਪੂਰੇ ਰੀਜਨ ਸਾਧ ਹੀ ਹੁੰਦੀ ਤੇ ਗੱਲ। ਮੈਂ ਕਹਿੰਦਾ ਸਮਝਾਓ, ਗੱਲਾਂ ਹੀ ਗਾਣੀਆਂ ਫਿਰ ਤੇ, ਬਾਕੀ ਫੱਬ ਫੁੱਬ ਦੋਸਤੋ ਬੜੀ ਹੈ, ਮੈਂ ਤਾਂ ਕਰਕੇ ਜ਼ਿਕਰ ਕਰਤਾ ਵੀ ਆਪਦੇ ਵਜਨ ਵਜੂਦ ਨਾਲੋਂ ਕਰਮ ਵਾਲੀ ਜ਼ਿਆਦਾ ਡਟਦੀ ਪਈ ਹੈ, ਥੱਲਿਓਂ ਬਹੁਤ ਸੋਹਣਾ ਵਿਖਾਲਾ ਤੇ ਬੌਲੇ ਤੇ ਹੁਣ ਚੱਲ ਰਹੀ ਆ, ਤੇ ਉਹਦੇ ਨਾਲ ਪੂਰਾ ਸੂਦਾ ਹੀ ਲੱਪਾ ਲੁਪਾ ਲੱਗਾ ਜੇ ਨਾ ਡੰਗਰ ਕਰ ਜਾਂਦਾ, ਪਰ ਵੇਖ ਲਓ ਯਾਰ, ਰਸਤਾ ਸੁੱਟਤਾ ਕਰਮ ਵਾਲੇ ਉੱਤੇ ਹੀ, ਭਾਵੇਂ ਫੇਰ ਥੱਲੇ ਧਾਰਾ ਮਾਰ ਲਓ। ਲਓ ਜੀ, ਇਹ ਨਹੀਂ ਗਾ ਡੰਗਰ ਕੋਈ ਡਰੂਗਾ, ਆ ਵੇਖ ਲਓ, ਠੀਕ ਆ ਜੀ। ਹਾਂ ਇਹ ਲਓ, ਲੋ ਕਿੰਨੀ ਕਿੰਨੀ ਬਾਹਰ ਹੀ ਫਦੀ ਬੈਠ, ਅਜੇ 3 ਵਜੇ ਆ, ਲਓ ਇਧਰ ਹਿੱਲੋ, ਅਜੇ 3 ਵਜੇ ਹੈ, ਹਾਂ ਠੀਕ ਹੈ, ਤੇ 7 ਵਜੇ ਨੂੰ ਲਾਂਘ ਨਹੀਂ ਪੁੱਟੀ ਜਾਣੀ ਵਸ਼ੀ ਤੋਂ। ਬਿਲਕੁਲ ਬਿਲਕੁਲ, ਜਾ ਵੀ ਐਪੀ ਮੋੜਦਾ ਵੀਰ, ਐ ਨੂੰ ਤੋਰਦੇ ਫਿਰ ਇੱਕ ਵਾਰੀ ਲੰਬਾ। ਲਓ ਵੀ ਦੂਜਾ ਭਰਾਵੋ, ਸੁਭਾ ਕੁਆਲਿਟੀ ਵੇਖੋ ਵਸ਼ੀ ਦੀ ਕਿਹੜੀ ਸੋ ਆ। ਦੂਸਰਾ ਸੁਭਾ ਇਹ ਜਿਹੜੀ ਦੋਸਤੋ ਪੂਰੇ ਬਾਡੀ ਬੰਤਰ ਦੇ ਵਿੱਚ ਬੈੜ ਬਕਾਊਗਾ। ਸੰਧੂ ਸਾਹਿਬ ਇਹਨੇ ਆਰਾਮ ਨਾਲ ਹੀ ਦੇਣਾ ਵਸ਼ੀ ਨੇ, ਆ ਜੇ ਬਿਲਕੁਲ ਇਸਲੇ ਬਿਲਕੁਲ, ਤੀਜੇ ਜਾਂ ਨਹੀਂ ਸੂਈ ਇਸਲੇ 16 ਕਿਲੋ, ਉਦੋਂ 20-21 ਕਿਉਂ ਨਾ ਚਵਾਊਗੀ, ਹਾਂ ਤਾਂ ਜੇ ਇਹਦੇ ਵਸ਼ੀ ਥੋੜੀ ਜੀ ਰਾਜੀ ਹੁੰਦੀ, ਹਾਂ ਫਿਰ ਤੇ ਵਸ਼ੀ 70 ਦੀ ਵੇਲੇ 75 ਦੀ ਹੋਈ ਲੈਦੀ, ਹਾਂ ਹੁਣ 60,000 ਚੋਂ ਮਾਨਤਾਨ ਕਰ ਦਾਂਗੇ, 2,000 ਰੁਪਈਆ, 60,000 ਦਾ 57,000 ਇਸ ਬੈੜ ਦੇ ਦਾਂਗੇ, 57 ਦੀ, ਹਾਂਜੀ ਉੱਚੋ ਇਹਦਾ ਸ਼ੋਰ ਛੱਪਾ ਹੀ ਆ ਜੀ। ਲਓ ਜੀ 57,000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂ, ਤੁਹਾਨੂੰ ਤਾਂ 20-22 ਕਿਲੋ ਵਾਲੀ ਮਿਲਣੀ ਨੀਗੀ, ਇੱਥੋਂ ਮਿਲੂਗੀ ਸਰਿਆਲੀ ਏਰੀਓ ਜੀ ਆਪਣੇ ਤੋਂ ਹੀ, ਹਾਂ ਹਾਂਜੀ ਇਹ ਪਾਸਿਓ ਨਹੀਂ ਮਿਲਣੀ ਹੁਣ ਕਿਤੋਂ, ਨਾ ਆ ਜਗਾੜ ਵਾਲੀ ਮਿਲਣੀ ਨੀ ਕਿਤੋਂ ਦੇ, ਅੱਛਾ ਉਹਨੇ ਲੱਖ ਮੰਗਣਾ ਵਾ ਇਹੋ ਜੀ ਦਾ, ਅੱਛਾ ਹਾਂਜੀ ਲਓ ਵੀ ਬਹੁਤ ਵਧੀਆ ਚੰਗੀ ਆ। ਹੈਪੀ ਇਧਰ ਆਪਣੇ ਕੋਲ ਕ੍ਰੋਸ ਅੰਗ ਵਿੱਚ ਆ ਖੜੀ ਜਿਹੜੀ ਬੈਣ, ਇਹ ਸਾਨੂੰ ਸਾਹਿਬ ਵੈੜ ਸਵੇਰੇ ਆਈਆਂ ਦੋਵੇਂ, ਬਹੁਤ ਹਾਂਜੀ ਵਸ਼ੀ ਤੋਬਾ ਚੰਗੀ, ਅੱਛਾ ਇਹਦਾ ਸੌਦਾ ਆ ਗਿਆ ਵਾ, ਚਲੋ ਵਿਖਾ ਦਿੰਨੇ ਵਿੱਚ, ਅੱਛਾ ਵੇਖ ਗਈ ਏ, ਹਾਂਜੀ ਵੇਖ ਗਈ ਆ ਜੀ, ਮਗਰ ਵਸ਼ੀ ਪਰ ਵਸ਼ੀ ਵੀ ਕਾਨੂੰ ਗੱਲਾਂ ਹੀ ਆ, ਮਗਰ ਵੀ ਪੂਰਾ ਲੈ ਤੋਹਫੇ, ਮਗਰ ਤੋਹਫਾ ਹੀ ਆ, ਹਾਂਜੀ ਪਿਓਰ ਸ਼ਾਹੀ ਆਲ ਦੀ ਵਸ਼ੀ ਏ, ਸੁਣਦਾ ਕੱਲ ਸੂਈ ਜੋ। ਲਓ ਜੀ, ਹਾਂਜੀ ਸ਼ਾਹੀ ਆਲ ਦੇ ਵਿੱਚ ਦੋਸਤੋ ਮਗਰ ਵਸ਼ੀ ਆ, ਫੀਮੇਲ ਕਾਲ ਇਹ ਵੀ ਸਵੇਰੇ 7:30-8 ਵਜੇ ਆ ਗਈ, 9 ਕਿਲੋ ਬੋਲ ਆਵਾ ਦੇ ਕੋਲੇ, ਵੀਰਾਂ ਲੈ ਲਈ ਆਪਣੇ ਨੂੰ, ਅੱਛਾ, ਹਾਂਜੀ ਰੱਖਣ ਵਾਲਿਆਂ ਲਈ ਆ, ਬੋਲਾ ਕਿੰਨਾ ਕੁ ਸੀਗਾ, 9 ਕਿਲੋ ਬੋਲਾ ਸੰਧੂ ਸਾਹਿਬ, ਕੱਲ ਦੀ ਕਿ ਪਰਸੋਂ ਦੀ ਸੂਈ, ਕੱਲ ਸੂਈ, ਕੱਲ 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 4 ਵਜੇ ਤੜਕੇ ਸੂਈ ਆ ਜੀ, ਦੂਜੇ ਹੀ ਆ ਵੀ ਸੂਬੇ, ਪਹਿਲਾਂ ਪਹਿਲਾਂ ਵਸ਼ੀ ਆ, ਅੱਛਾ ਪਹਿਲਾਂ ਪਰੂਣੀ ਆ, ਪਹਿਲਾਂ ਲਓ ਦੋਸਤੋ ਪਹਿਲਾਂ ਹੀ ਬੱਚੀ ਸੂਈ ਸੀ, ਕੱਦ ਕਾੜੀ ਵੇਲੋ ਕੱਡਾ 24 ਤੇ, ਮੈਂ ਕਹਿੰਦਾ ਗੱਲਾਂ ਹੀ ਗਾਲੀਆਂ ਤੇ, ਸੋ ਸੌਦਾ ਜਿਹੜਾ ਦੋਸਤੋ ਇਹਦਾ
ਚੱਲ ਰਿਹਾ ਜਾਂ ਹੋ ਗਿਆ ਸਮਝ ਲਓ ਹੋ ਤੁਸੀਂ ਗਿਆ ਸਿੱਧਾ। ਵਾ, ਤਾਂ ਗੱਡੀ ਲੱਗੀ ਆ, ਬਸ ਤੇ ਲਾ ਦਿੱਤੀ ਠੀਕ ਜਗ੍ਹਾ। ਹੈ ਠੀਕ ਹੈ, ਇੱਕ ਵਾਰੀ ਫਿਲਹਾਲ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਤੋ ਬੇਸ਼ੱਕ ਸੌਦਾ ਹੋਇਆ, ਇਹ ਵੱਛੀ ਜਿਹੜੀ ਦੋਸਤੋ ਵਿਕਰੀ ਲਈ ਆਈ ਸੀਗੀ, ਦੱਸਿਆ ਫੈਣ ਆਪਣੇ ਤੋਂ ਫਿਲਹਾਲ ਕੱਲ ਸੇਲ ਹੋ ਗਈ ਆ। ਚਾਰ ਸੀ, ਉਦੋਂ ਹੀ ਵੀਰੋਂ ਨਹੀਂ ਲੈ ਗਿਆ ਆਪਣੇ ਤੋਂ, ਰੱਖਣ ਵਾਲਿਆਂ ਲਈਆਂ ਵਾ। ਠੀਕ ਆ, ਫੈਣ ਸਵੇਰੇ ਫੇਰ ਆਪਾਂ ਵੱਛੀ ਚੜ੍ਹ ਦੋ, ਚੜ੍ਹਦੀ ਲਿਆਵਾਂਗੇ ਜਦੋਂ ਹਾਂ ਮਰਜ਼ੀ ਕੋਈ ਦੇਣ ਲਾਵੇ ਵੀਰ, ਰਾਤ ਨੂੰ ਫੋਨ ਲਾਵੇ। ਹਾਂ ਬਿਲਕੁਲ, ਹਾਂਜੀ ਨਹੀਂ ਬਾਕੀ ਚਾਹੀਦਾ। ਜਿੰਨੇ ਵੀ ਕੇ ਵੀਰ ਨੇ ਲੈਣੀ ਤਸੱਲੀ ਕਰਕੇ ਖੜੋ, ਵੀ ਆਪਣੀਆਂ ਕਿਹੜੀਆਂ ਘਰ ਦੀਆਂ ਏ, ਆਪਾਂ ਵੀ ਘਰਾਂ 'ਚੋਂ ਮਾਲ ਲਿਆ ਲਿਆ ਦੇਣ ਆਪਾਂ ਦੇ। ਹਰ ਵਾਰੀ ਕਹਿੰਦੇ ਆ ਬਸ ਕਿ ਜੀ, ਆਪਣੀ ਤਸੱਲੀ ਕਰੋ। ਹੈਪੀ ਇੱਕ ਨੰਬਰ ਬੋਲਦੇ ਵੀਰ, ਸਾਨੂੰ ਸਾਹਿਬ ਫੋਨ ਨੰਬਰ ਆਪਣਾ ਹੈਗਾ ਜੋ 8143673572, ਪਿੰਡ ਆਪਣਾ ਸਰਿਆਲੀ ਵੱਡੀ, ਅੱਜ ਵੀ ਦੇਖੋ 1 ਕਿਲੋਮੀਟਰ ਦੂਰੀ ਜੋ, ਠੀਕ ਆ ਜੀ, ਹਾਂਜੀ ਜ਼ਿਲ੍ਹਾ ਵੀ ਤਰਨ ਤਾਰਨ, ਤਹਿਸੀਲ ਵੀ ਤਰਨ ਤਾਰਨ। ਠੀਕ ਹੈ ਜੀ। ਹਾਂਜੀ ਲਓ ਦੋਸਤੋ, ਫਿਲਹਾਲ ਇਹ ਨਗ ਸੀ ਅੱਜ, ਇਹ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ। ਸਤਿ ਸ਼੍ਰੀ ਅਕਾਲ।